ਖਾਲਸਾ ਜੀ, ਤੁਸੀਂ ਕੀ ਕਰ ਰਹੇ ਹੋ, ਸਾਨੂੰ ਦੱਸੋਗੇ ਅੱਜ ਕਿੱਥੇ ਆਏ ਹੋ ਤੁਸੀਂ? ਕੁਛ ਗੁਰੂ ਸਾਹਿਬ ਆਏ ਹੋਏ ਹਾਂ ਜੀ। ਅੱਛਾ, ਤੇ ਤੁਸੀਂ ਇਹ ਮਤਲਬ ਤੁਹਾਡੇ ਦਿਲ ਦੀ ਤਮੰਨਾ ਸੀ, ਤੁਸੀਂ ਏਦਾਂ ਦਸਤਾਰ ਸਜਾ ਰਹੇ ਹੋ ਸਿੰਘ ਦੇ? ਅੱਛਾ, ਆਪਣੇ ਬਾਰੇ ਤੁਸੀਂ ਕੋਈ ਜਾਣਕਾਰੀ ਦਿਓਗੇ, ਤੁਸੀਂ ਕਿੱਥੋਂ ਤੇ ਤੁਸੀਂ ਤੁਹਾਡਾ ਕੀ ਕੰਮ ਕਾਰ ਹੈਗਾ? ਬਲਜਿੰਦਰ ਸਿੰਘ ਜੀ। ਹਾਂਜੀ, ਹਰਿਆਣਾ ਸਟੇਟ ਦਾ ਰਹਿਣ ਵਾਲਾ ਜੀ। ਅੱਛਾ ਜੀ। ਜ਼ਿਲ੍ਹਾ ਮੇਰਾ ਜਨਮ ਨਗਰ ਹੈ ਜੀ, ਤੇ ਮੈਂ ਆਪਣੇ ਸ਼ਹਿਰ ਤੋਂ ਘੱਟੋ ਘੱਟ 300-400 ਕਿਲੋਮੀਟਰ ਦੂਰ ਆ ਚੁੱਕਿਆ ਜੀ, ਤੇ ਹੁਣ ਅਸੀਂ ਸ਼੍ਰੀ ਗੋਬਿੰਦ ਸਾਹਿਬ ਜੀ ਦੇ ਅੱਧ ਵਿੱਚ ਪਹੁੰਚ ਚੁੱਕੇ ਹਾਂ ਜੀ, ਤੇ ਜਿੱਥੇ ਦੇਖ ਸਕਦੇ ਕਿ ਪਿੱਛੇ ਗਲੇਸ਼ੀਅਰ ਬਰਫ਼ ਦਾ ਕਿੱਦਾਂ ਹੈ, ਔਰ ਇੱਥੇ ਗਲੇਸ਼ੀਅਰ ਦੇ ਵਿੱਚ ਖੜ੍ਹ ਕੇ ਕਿਸ ਪ੍ਰਕਾਰ ਦਸਤਾਰ ਨੂੰ ਸਜਾਇਆ ਜਾ ਸਕਦਾ ਹੈ ਜੀ, ਔਰ ਅੱਜ ਵੀ ਦਸਤਾਰ ਬੰਨ੍ਹੀ ਜਾ ਰਹੀ ਹੈ ਜੀ। ਇਹ ਬਲਾਂ ਵਾਲੀ ਦਸਤਾਰ ਹੈਗੀ ਜਿਹਨੂੰ ਕਹਿੰਦੇ ਬਲਾਂ ਵਾਲੀ ਪੱਗ ਜੀ। ਅੱਛਾ ਜੀ, ਠੀਕ ਹੈ। ਇਹ ਬਾਈ ਮੇਰੇ ਨਾਲ ਲਾਲੜੂ ਮੰਡੀ ਪੰਜਾਬ ਤੋਂ ਆਇਆ ਜੀ, ਨਾਲ ਮੇਰੀ ਭੂਆ ਦਾ ਮੁੰਡਾ ਜੀ। ਅੱਛਾ, ਮੇਰੇ ਨਾਲ ਇੱਥੇ ਦਸਤਾਰ ਦੀ ਐਡ ਲਾਉਣ ਆਇਆ ਹੋਇਆ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਇੱਥੇ ਕਿਸ ਪ੍ਰਕਾਰ ਦਸਤਾਰ ਦੇਖੋ ਸੱਜ ਚੁੱਕੀ। ਤੇ ਤੁਸੀਂ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਯਾਤਰਾ ਤੇ ਆਉਣ ਬਾਰੇ? ਕੁਝ ਸੁਨੇਹਾ ਦੇ ਦਿਓ। ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੇ ਵੀ ਇੱਥੇ ਪੂਰੇ ਵਰਲਡ ਦੇ ਵੀ ਜਿਹੜੇ ਵੀ ਯਾਤਰੀ ਇੱਥੇ ਸਾਡੇ ਭੈਣ ਭਰਾ ਹਨ, ਵੀ ਉਹ ਦਸਤਾਰ ਨੂੰ ਬੰਨਣ, ਵੀ ਆਪਣੇ ਪੰਜਾਬੀ ਕਲਚਰ ਤੋਂ ਪਿੱਛੇ ਨਾ ਜਾਣ। ਤੇ ਮੌਸਮ ਬਾਰੇ ਕੁਝ ਦੱਸੋਗੇ ਕਿ ਕੱਪੜੇ ਗਰਮ ਕਿੱਦਾਂ, ਕੀ ਕੱਪੜੇ? ਅਸੀਂ ਆਪਣੇ ਹਰਿਆਣਾ ਪੰਜਾਬ ਤੋਂ ਅਸੀਂ ਕਾਫੀ ਹਜ਼ਾਰ ਯਾਨੀ ਕਿੰਨੇ ਹਜ਼ਾਰ ਉਚਾਈ ਤੇ ਆ ਚੁੱਕੇ ਹਾਂ ਜੀ, ਤੇ ਇੱਥੇ ਦਾ ਮੌਸਮ ਇੱਕ ਕਹਿਣਾ ਮਤਲਬ ਇਹ ਹੈ ਕਿ ਅਸੀਂ ਇੱਕ ਕਿਸਮ ਦਾ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਵੀ ਕਰ ਸਕਦੇ ਹਾਂ, ਦੂਜੇ ਪਾਸੇ ਅਸੀਂ ਇੱਕ ਪਾਸੇ ਆਪਣੀ ਮਸਤੀ ਵੀ ਕਰ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਫਿਰ ਉਸ ਤੋਂ ਬਾਅਦ। ਸੋ ਇੱਥੇ ਹੁਣ ਬਰਫ਼ ਦੇ ਵਿੱਚ ਪਹੁੰਚ ਚੁੱਕੇ ਹਾਂ ਜੀ, ਥੋੜ੍ਹੀ ਹੀ ਕਿਲੋਮੀਟਰ ਦੂਰ 'ਤੇ ਬਰਫ਼ ਪੈਣੀ ਸਟਾਰਟ ਹੋ ਜਾਣੀ ਹੈ ਜੀ, ਜਿੱਥੇ ਗਲੇਸ਼ੀਅਰ ਹੈਗੇ ਬਰਫ਼ ਦੇ ਜੀ। ਤੇ ਅੰਤ ਵਿੱਚ ਤੁਸੀਂ ਫਤਿਹ ਬੁਲਾਓਗੇ ਤੇ ਕੀ ਸੰਦੇਸ਼ ਦੇਣਾ ਚਾਹੋਗੇ, ਕੋਈ ਛੋਟਾ ਜਿਹਾ ਸੰਦੇਸ਼? ਸੰਦੇਸ਼ ਦੇਣਾ ਚਾਹੂੰਗਾ ਵੀ ਜਿਹੜਾ ਵੀ ਵੀਰ ਭੈਣ ਭਾਈ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਆਵੇ, ਉਹ ਪੂਰੀ ਸ਼ਰਧਾ ਭਾਵਨਾ ਨਾਲ ਹੀ ਗੁਰੂ ਗ੍ਰੰਥ ਸਾਹਿਬ ਨਮਸਕਾਰ ਕਰੇ ਔਰ ਫਤਿਹ ਬੁਲਾਵੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।